ਸਰਕਾਰ ਨੇ ਕਿਹਾ ਕਿ ਸਾਈਬਰ ਕ੍ਰਾਈਮ ਤੇ ਵਿੱਤੀ ਧੋਖਾਧੜੀ 'ਚ ਸ਼ਾਮਲ ਹੋਣ ਲਈ 1 ਕਰੋੜ ਤੋਂ ਵੱਧ ਮੋਬਾਈਲ ਕਨੈਕਸ਼ਨ ਕੱਟ ਦਿੱਤੇ ਗਏ ਨੇ ਅਤੇ ਲਗਭਗ 2.7 ਲੱਖ ਮੋਬਾਈਲ ਹੈਂਡਸੈਟਾਂ ਨੂੰ ਬਲੌਕ ਕੀਤਾ ਗਿਆ ਹੈ। ਦੂਰ ਸੰਚਾਰ ਵਿਭਾਗ ਨੇ ਕਿਹਾ ਕਿ ਨਾ ਕਨੈਕਸ਼ਨਾਂ ਦੀ ਪਛਾਣ ਉਸ ਦੀ ਸੰਚਾਰ ਸਾਥੀ ਪੈਲਦੀ ਮਦਦ ਨਾਲ ਕੀਤੀ ਗਈ ਹੈ। ਪਿਛਲੇ 15 ਦਿਨਾਂ 'ਚ 3.5 ਲੱਖ ਤੋਂ ਵੱਧ ਸਪੈਮ ਨੰਬਰਾਂ ਨੂੰ ਡਿਸਕਨੈਕਟ ਕੀਤਾ ਗਿਆ ਹੈ ਤੇ 50 ਸੰਸਥਾਵਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਗਭਗ 3.5 अणप्रमाणित एस एम एस सिरोलेख ते ब बारा लख समग्री ਬਲੌਕਰ ਕੀਤੇ ਗਏ ਨੇ ਵਿਪາກਮੀ ਪਾਰਤੀ ਦੂਰ ਸੰਚਾਰ ਰੈਗੂਲੇਟਰੀ ਅਥਾਰਟੀ ਦੇ ਸਹਿਯੋਗ ਨਾਲ ਉੱਚ ਸਪੀਡ ਡਾਟਾ ਦੇ ਨਾਲ ਸਪੈਮ ਮੁਕਤ ਗੁਣਵੱਤਾ ਟੈਲੀਕਮ ਸੇਵਾ ਨੂੰ ਸਮਰਪਤ ਕਰਨ ਲਈ ਕਈ ਉਪਾਅ ਸ਼ੁਰੂ ਕੀਤੇ ਨੇ ਟਰਾਈ ਨੇ ਦੂਰ ਸੰਚਾਰ ਆਪਰੇਟਰਾਂ ਨੂੰ ਰੋਬੋ ਕਾਲ ਅਤੇ ਪ੍ਰੀ ਰਿਕਾਰਡ ਕਾਲਾਂ ਸਮੇਤ ਸਪੈਮ ਕਾਲਾਂ ਲਈ ਬਲੌਕ ਕਨੈਕਸ਼ਨਾਂ ਦੀ ਵਰਤੋਂ ਕਰਨ ਵਾਲੀਆਂ ਸੰਸਥਾਵਾਂ ਨੂੰ ਡਿਸਕਨੈਕਟ ਕਰਨ ਤੇ ਬਲੈਕਲਿਸਟ ਕਰਨ ਦਾ ਨਿਰਦੇਸ਼ ਦਿੱਤਾ ਹੈ ਨੈਟਵਰਕ ਦੀ ਉਪਲਬਧਤਾ ਕਾਲ ਡ੍ਰੌਪ ਦਰਾਂ ਤੇ ਪੈਕਟ ਡ੍ਰੌਪ ਦਰਾਂ ਵਰਗੇ ਮੁੱਖ ਮਾਪਦੰਡਾਂ ਲਈ ਮਾਪਦੰਡ ਹੌਲੀ-ਹੌਲੀ ਸਖਤ ਕੀਤੇ ਜਾਣਗੇ ਕਿਉਂਕਿ ਟੀਆਰਏਆਈ ਨੇ ਪਹੁੰਚ ਦੀ ਸੇਵਾ ਦੀ ਗੁਣਵੱਤਾ ਦੇ ਮਿਆਰਾਂ ਤੇ ਆਪਣੇ ਸੋਦੇ ਹੋਏ ਨਿਯਮ ਵੀ ਜਾਰੀ ਕੀਤੇ ਨੇ ਇਹ ਨਿਯਮ ਇਸ ਗੱਲ ਇਸ ਸਾਲ ਪਹਿਲੀ ਅਕਤੂਬਰ ਤੋਂ ਲਾਗੂ ਹੋਣਗੇ